ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾ ਖਾਸ ਖਬਰਾਂ ਭਾਜੀਪੀ ਨੇ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਕਾਂਗਰਸ ਨੇ ਤੇਲੰਗਾਨਾ 'ਚ ਬੀਆਰਐਸ ਨੂੰ ਸੱਤਾ ਤੋਂ ਬਾਹਰ ਕਰਦੇ ਵੱਮਤ ਹਾਸਲ ਕੀਤਾ ਹੈ ਮੀਜ਼ਰਮ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਸੰਸਦ ਦਾ ਸਰਦੀਆਂ ਦੀ ਰੁੱਤ ਦਾ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਮਹਾਰਾਸ਼ਟਰ ਦੇ ਸਿੰਧੂ ਦੁਰਗ ਵਿਖੇ ਸਮੁੰਦਰੀ ਫੌਜ ਦੇ ਵੱਸ ਜਸ਼ਨਾਂ ਵਿਖੇ ਮੁੱਖ ਮਹਿਮਾਨ ਹੋਣ ਕੇ ਤੇ ਭਾਰਤ ਨੇ ਪੰਜਵੇਂ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਆਸਟ੍ਰੇਲੀਆ ਨੂੰ 6 ਦੋੜਾਂ ਨਾਲ ਹਰਾ ਕੇ ਪੰਜ ਪੰਜਾਂ ਦੀ ਲੜੀ 4-1 ਦੇ ਵੱਡੇ ਫਰਕ ਨਾਲ ਜਿੱਤ ਲਈਏ ਰਾਜਸਥਾਨ ਮੱਧ ਪ੍ਰਦੇਸ਼ ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ ਮੱਧ ਪ੍ਰਦੇਸ਼ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਸਰਕਾਰ ਬਣਾਉਣ ਦੀ ਰਾਹ ਤੇ ਹੈ ਜਦਕਿ ਕਾਂਗਰਸ ਨੇ ਤੇਲੰਗਾਨਾ ਚ ਪੂਰਨ ਬਹੁਮਤ ਹਾਸਲ ਕਰ ਲਿਆ ਹੈ ਮੀਜ਼ੋਰਮ ਵਿਧਾਨ ਸਭਾ ਲਈ ਅੱਜ ਵੋਟਾਂ ਦੀ ਗਿਣਤੀ ਹੋਏਗੀ राजस्थान ਚ ਵਿਧਾਨ ਸਭਾ ਚੋਣਾਂ ਚ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ કુલ 199 ਸੀਟਾਂ ਵਿੱਚੋਂ ਭਾਜਪਾ ਨੇ 115 ਸੀਟਾਂ ਕਾਂਗਰਸ ਨੇ 69 ਸੀਟਾਂ ਭਾਰਤ ਆਦਿਵਾਸੀ ਪਾਰਟੀ ਨੇ 3 ਅਤੇ ਬਹੁਜਨ ਸਮਾਜ ਪਾਰਟੀ ਨੇ 2 ਸੀਟਾਂ ਅਤੇ ਰਾਸ਼ਟਰੀ ਲੋਕ ਦਲ ਤੇ ਰਾਸ਼ਟਰੀ ਲੋਕਤਾਂਤ੍ਰਿਕ ਪਾਰਟੀ ਨੇ 1-1 ਸੀਟ ਜਿੱਤੀ 8 ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਨੇ ਮੱਧ ਪ੍ਰਦੇਸ਼ ਵਿੱਚ ਸਤਾਤਾਰੀ ਭਾਜਪਾ ਨੇ ਰਾਜ ਵਿਧਾਨ ਸਭਾ ਵਿੱਚ 163 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ ਕਾਂਗਰਸ ਨੇ 68 ਸੀਟਾਂ ਜਿੱਤੀਆਂ ਨੇ ਇੱਕ ਸੀਟ ਹੋਰਾਂ ਨੂੰ ਗਈਏ ਪਿਛਲੇ ਦੋ ਦਹਾਕਿਆਂ ਵਿੱਚ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਭ ਤੋਂ ਵੱਡੀ ਜਿੱਤ ਹੈ ਛੱਤੀਸਗੜ੍ਹ ਵਿੱਚ ਭਾਜਪਾ ਪੰਜ ਸਾਲਾਂ ਬਾਅਦ ਮੁੜ ਸਤਾ ਵਿੱਚ ਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਾਰਟੀ ਨੇ 54 ਸੀਟਾਂ ਜਿੱਤੀਆਂ ਨੇ ਸੱਤਾਧਾਰੀ ਕਾਂਗਰਸ ਨੂੰ 31 ਸੀਟਾਂ ਮਿਲੀਆਂ ਨੇ भूपੇਸ਼ बघेल ਸਰਕਾਰ ਦੇ 9 ਮੰਤਰੀ ਚੋਣ ਹਾਰ ਕੇ ਜਦਕਿ ਸਿਰਫ 3 ਮੌਜੂਦਾ ਮੰਤਰੀ ਹੀ ਜਿੱਤਣ ਵਿੱਚ ਕਾਮਯਾਬ ਰਹੇ ਤੇਲੰਗਾਨਾ ਚ ਕਾਂਗਰਸ ਨੇ 119 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਸੱਤਾਧਾਰੀ ਵੀਆਰਐਸ ਨੂੰ 40 ਸੀਟਾਂ ਮਿਲੀਆਂ ਪਾਸਪਾਰਟ ਸੀਟਾਂ ਨਾਲ ਤੀਜੇ ਸਥਾਨ ਤੇ ਰਹੀ ਏਆਈਐਮਆਈਐਮ ਨੇ 7 ਸੀਟਾਂ ਜਿੱਤਿਆ ਨੇ ਇਸ ਦੌਰਾਨ ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੌਜੂਦਾ ਮੁੱਖ ਮੰਤਰੀਆਂ अशोक गहलोत और भूपेश बघेल ने बीती शाम अपने नीतीफे सौंप ने बीती शाम नवी दिल्ली विच पार्टी सदर मुकाम विच भाजपा कार्यकर्तावान संबोधन करद प्रधानमंत्री नरेन्द्र मोदी ने कहा कि विधानसभा चोणा विच भाजपा की जित आत्मनिर्भर भारत ईमानदारी पारदर्शिता चंगे शासन की जित ਭਾਜਪਾ ਦੇ ਸੂਬਾ ਪ੍ਰਸਿੱਧਕਰ ਹਰਦੀਪ ਸਿੰਘ ਉਪਾ ਨੇ ਤਿੰਨ ਸੂਬਿਆਂ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਮਿਲੇ ਪਾਰੀ ਬਹੁਮਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ ਪਹਲਾਈਆਂ ਰਾਸ਼ਟਰੀ ਸੇਵਾ ਤੇ ਸਮੁੱਚੀ ਭਾਜਪਾ ਲੀਡਰਸ਼ਿਪ ਦੀ ਮਿਹਨਤ ਕਰਕੇ ਅਤੇ ਦੇਸ਼ ਦੇ ਸੁਜਵਾਨ ਵੋਟਰਾਂ ਦੇ ਸਹੀ ਫੈਸਲੇ ਦਾ ਨਤੀਜਾ ਹੈ ਇਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰ ਕੇ ਭਾਜਪਾ ਨੂੰ ਆਸ਼ੀਰਵਾਦ ਦਿੱਤਾ ਹੈ। ਉਨ੍ਹਾਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਤੇ ਸਾਰੇ ਵਰਕਰਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਪੰਜਾਬ ਦੀ ਆਉਣ ਵਾਲੀਆਂ ਸਥਾਨਕ ਤੇ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਭਾਜਪਾ ਦੇ ਹੱਕ ਵਿੱਚ ਹੀ ਆਉਣਗੇ। ਮਿਜ਼ੋਰਮ ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਸੂਬੇ ਵਿੱਚ ਗਿਣਤੀ ਕੱਲ੍ਹ ਹੋਣੀ ਸੀ ਪਰ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਦੀ ਅਪੀਲਾ ਮਗਰੋਂ ਇਸ ਨੂੰ ਅੱਜ ਤੱਕ ਮੁਲਤਵੀ ਕਰ ਦਿੱਤਾ ਗਿਆ ਰਾਜ ਭਰ ਦੇ ਸਾਰੇ 13 ਗਿਣਤੀ ਕੇਂਦਰਾ ਵਿੱਚ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ ਜਿਸ ਵਿੱਚ ਪਹਿਲਾਂ ਪੋਸਟਲ ਬੈਲਟ ਤੇ ਗਿਣਤੀ ਕੀਤੀ ਗਈ ਉਸ ਤੋਂ ਬਾਅਦ EVM ਵੋਟਾਂ ਨੂੰ ਲਿਆ ਗਿਆ 40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਲਈ 7 ਨਵੰਬਰ ਨੂੰ VOTING ਹੋਈ 80% ਦੀ ਤੋਂ ਵੱਧ VOTING ਦਰਜ ਕੀਤੀ ਗਈ 18 ਔਰਤ ਉਮੀਦਵਾਰਾਂ ਸਮੇਤ ਕੁੱਲ 174 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਮੁਖ ਵਿਰੋਧੀ ਪਾਰਟੀ ਜ਼ੋਰਮ ਪੀਪਲਸ ਮੂਵਮੈਂਟ ਅਤੇ ਕਾਂਗਰਸ ਨੇ 40 40 ਸੀਟਾਂ ਤੇ ਚੋਣ ਲੜੀ ਜਦ ਕਿ ਭਾਜਪਾ ਨੇ 23 ਸੀਟਾਂ ਤੇ ਤੇ ਆਮ ਆਦਮੀ ਪਾਰਟੀ ਨੇ 4 ਸੀਟਾਂ ਤੇ ਆਪਣੀ ਕਿਸਮਤ ਅਜ਼ਮਾਈ 27 ਆਜ਼ਾਦ ਉਮੀਦਵਾਰ ਵੀ ਸਨ ਪਾਰਲੀਮੈਂਟ ਦਾ ਸਰਦੀਆਂ ਦੀ ਰੁੱਤ ਦਾ ਸਮਾਗਮ ਅੱਜ ਤੋਂ ਸ਼ੁਰੂ ਹੋਏਗਾ ਸਮਾਗਮ ਇਸ ਮਹੀਨੇ ਦੀ 22 ਤਰੀਕ ਤੱਕ ਚੱਲੇਗਾ 19 ਦਿਨਾਂ ਦੇ ਸਮਾਗਮ ਵਿੱਚ ਕੁੱਲ 15 ਬੈਠਕਾਂ ਹੋਣਗੀਆਂ ਸਮਾਗਮ ਦੌਰਾਨ ਕੁੱਲ 21 ਬਿੱਲਾਂ ਤੇ ਬਹਿਸ ਹੋਏਗੀ ਸਮਾਗਮ ਤੋਂ ਪਹਿਲਾਂ ਸਰਕਾਰ ਨੇ ਪਾਰਲੀਮੈਂਟ ਦੇ ਦੋਵੇਂ ਸਦਨਾਂ ਦੇ ਕੰਮਕਾਜ ਨੂੰ ਸਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਸਿਆਸੀ ਪਾਰਟੀਆਂ ਤੋਂ ਸਹਿਯੋਗ ਲੈਣ ਲਈ ਨਵੀਂ ਦਿੱਲੀ ਵਿੱਚ ਇੱਕ ਸਰਪਾਰਟੀ ਮੀਟਿੰਗ ਸੱਦੀ ਸੀ। ਆ ਸਮਾਗਮ ਤੇ ਪਹਿਲੇ ਦਿਨ TMC ਦੇ ਪਾਰਲੀਮੈਂਟ ਮੈਂਬਰ ਮੌਵਾ ਮੈਤਰਾ ਦੇ ਖਿਲਾਫ ਪੁਚਕਿਚ ਤੇ ਦੋਸ਼ਾਂ ਲਈ ਨਕਦੀ ਬਾਰੇ ਨੈਤਿਕ ਕਮੇਟੀ ਦੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਕੀਤੀ ਜਾਣੀ ਇਸ 17ਵੇਂ ਲੋਕ ਸਭਾ ਦਾ ਆਖਰੀ ਮੁਕੰਮਲ ਸਮਾਗਮ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ ਵਣੀ ਜਲੰਧਰ ਤੋਂ ਸੁਣ ਰਹੇ ਹੋ। प्रधानमंत्री नरेंद्र मोदी आज महाराष्ट्र के सिंधु दुर्ग कराए जा रहे समुद्री फौज दिवस समारोह मुख्य मेहमान शाम न प्रधानमंत्री राजकोट विच छत्रपति शिवाजी महाराज तो के तो पर हटाने के बाद सिंधु दुर्ग विच ਤਰਕਾਰਲੀ ਬੀਚ ਤੋਂ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ਾਂ ਪੰਡੁੱਪੀਆਂ ਹਵਾਈ ਜਹਾਜ਼ਾਂ ਅਤੇ ਵਿਸ਼ੇਸ਼ ਬਲਾਂ ਦੁਆਰਾ ਸੰਚਾਲਨ ਪ੍ਰਦਰਸ਼ਨਾਂ ਨੂੰ ਦੇਖਣਗੇ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਸਮੁੰਦਰੀ ਫੌਜ ਅਜੀਹੇ ਸਥਾਨ ਤੇ ਇਸ ਤਰ੍ਹਾਂ ਦੇ ਵੱਡੇ ਸਮਾਰੋਹ ਦਾ ਪ੍ਰਬੰਧ ਕਰ ਰਹੀ ਹੈ ਜੋ ਕਿ ਸਮੁੰਦਰੀ ਫੌਜ ਦਾ ਸਟੇਸ਼ਨ ਨਹੀਂ ਹੈ ਹਰ ਸਾਲ 4 ਦਸੰਬਰ ਨੂੰ ਸਮੁੰਦਰੀ ਫੌਜ ਦਿਵਸ ਮਨਾਇਆ ਜਾਂਦਾ ਹੈ कीनिया के राष्ट्रपति विलियम समो रूटो अज के तीन दिन दिना दौरे होंगे नाल उच्च पदरी सरकारी वफद भी हो राष्ट्रपति रूटो के मौजूदा कार्यकाल च पहला दौरा है नवी दिल्ली अपने दौरे दौरान कीनिया के राष्ट्रपति रूटो राष्ट्रपति द्रौपदी मुर्मू नाल मुलाकात नलके राष्ट्रपति भवन च उ रस्मी स्वागत किया जाएगा राष्ट्रपति रूटो उस दिन प्रधानमंत्री नरेन्द्र मोदी नाल व्यापक गलबात मोगा जिले के डिप्टी कमिश्नर कुलवंत सिंह ने किया है कि जिले में विकसित भारत संकल्प यात्रा की वैन का आम लोगों वलों भरपूर लाहा लिया जा रहा है कहा कि सरकारी स्कीम प्रति जागरूकता तो इलावा मौके से ही समस्यावे हल कीते जा रहे हैं। प्रचार वैन ने कल जिले के पिंड ਉਮਰੀਆਣਾ ਵਿਖੇ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਇਸ ਮੌਕੇ ਵੱਖ-ਵੱਖ ਵਿਭਾਗਾਂ ਨੇ ਆਪਣੇ ਅਧੀਨ ਆਉਂਦੀਆਂ ਸਕੀਮਾਂ ਬਾਰੇ ਦੱਸਿਆ ਅਤੇ ਯੋਗਲਾਭਪਾਤਰੀਆਂ ਦੇ ਫਾਰਮ ਭਰੇ ਗਏ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮੁਹਿੰਮ ਦੀ ਨਿਗਰਾਨੀ ਸਿੱਧੇ ਤੌਰ ਤੇ ਕੀਤੀ ਜਾ ਰਹੀ ਹੈ ਤਾਂ ਜੋ ਪਿੰਡਾਂ ਵਿੱਚ ਜਾਗਰੂਕਤਾ ਵੈਨਾ ਪੇਚ ਕੇ ਕੈਂਪ ਲਗਾਏ ਜਾਣ ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕੀ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਲੋਕਾਂ ਨੂੰ ਹਰ ਯੋਜਨਾ ਦਾ ਲਾਭ ਦੇ ਕੇ ਸਮਾਨਤਾ ਨਾਲ ਸਾਰੇ ਅਧਿਕਾਰ ਮੁਹੱਈਆ ਕਰਵਾਏ ਜਾਣ। ਉਹਨਾਂ ਐਵੀਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਪਿੰਡਾਂ ਵਿੱਚ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਸੈਂਕੜਿਆਂ ਲੋਕਾਂ ਨੂੰ ਲਾਭ ਦਿੱਤਾ ਗਿਆ ਹੈ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਤੂਪਛੜੀ ਤੇ ਆਬਾਦੀ ਅੰਬੀ ਖੜਖਣਾ ਵਿਖੇ ਗਲ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਪ੍ਰਚਾਰ ਵੈਨ ਪਹੁੰਚੀ ਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਸ਼ਲਾਘਾ ਕੀਤੀ ਤੇ ਲਾਭਪਾਤਰੀਆਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਮੈਡੀਕਲ ਕੈਂਪ ਲਾਇਆ ਗਿਆ ਵੱਖ-ਵੱਖ ਯੋਜਨਾਵਾਂ ਤੋਂ ਲਾਭ ਲੈਣ ਵਾਲਿਆਂ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਸ਼ਲਾਘਾ ਕੀਤੀ। 10 ਸਾਲ ਪਹਿਲਾਂ ਮੇਰੇ ਬੇਟੇ ਦਾ ਅਸੀਂ ਉਹ ਦੋਸਤ ਕਰਨਿਆ ਸਕੀਮ ਖੋਲੀ ਸੀ ਸਰਕਾਰ ਨੇ ਉਹ ਅਸੀਂ ਕਰਵਾ ਲਈ ਸੀ ਤੇ ਬਹੁਤ ਵਧੀਆ ਸਕੀਮ ਹੈ ਬਹੁਤ ਲਾਭ ਹੋ ਰਿਹਾ ਹੈ ਕੁੜੀਆਂ ਨੂੰ ਇਸ ਸਕੀਮ ਨਾਲ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਬਹੁਤ ਵਧੀਆ ਕੰਮ ਕੀਤਾ ਹੈ ਸਰਕਾਰ ਨੇ ਪ੍ਰਧਾਨ ਮੰਤਰੀ ਯੋਜਨਾ ਅਸੀਂ ਅਪਲਾਈ ਕੀਤਾ ਹੀ ਕਰ ਵਾਸਤੇ ਅਦਾ ਕਰ ਕੱਚਾ ਸੀ ਉਸ ਵਾਸਤੇ ਅਸੀਂ ਨੂੰ ਗ੍ਰਾਂਟ ਮਿਲੀ ਅਸੀਂ ਮਕਾਨ ਪਾਇਆ ਮੈਨੂੰ ਪ੍ਰਧਾਨ ਮੰਤਰੀ ਮਤਰੀ ਯੋਜਨਾ ਦੇ ਦੌਰਾਨ ਮੈਂ ਆਪਣਾ ਅਕਾਊਂਟ ਓਪਨ ਕਰਵਾਇਆ ਸੀਗਾ ਡਿਊਰਿੰਗ ਮਾਈ ਡਿਲੀਵਰੀ ਤੇ ਉਸ ਤੋਂ ਬਾਅਦ ਮੈਨੂੰ ਇਸ ਯੋਜਨਾ ਦੇ ਦੌਰਾਨ ਅਕਾਊਂਟ ਦੇ ਵਿੱਚ ਪੈਸੇ ਆਏ ਨੇ ਤੇ ਉਹ ਬਹੁਤ ਹੀ ਵਧੀਆ ਲੱਗਾ ਹੈ ਪਸ਼ੂ ਮੇਰੇ ਬਾਹਰ ਰਹਿੰਦੇ ਸੀ ਤੇ ਸੱਡ ਵਾਸਤੇ ਗਰਾਊਂਡ ਪਸ਼ੂ ਸੱਡ ਬੁਣਾਈ ਸੀ ਤੇ ਇਹ ਪ੍ਰਧਾਨ ਮੰਤਰੀ ਦਾ ਬਹੁਤ ਧੰਨਵਾਦ ਪ੍ਰਧਾਨ ਮੰਤਰੀ ਜੀ ਯੋਜਨਾ ਨਾਲ ਮੈਨੂੰ ਕੱਚੇ ਕਮਰੇ ਦੀ ਗ੍ਰਾਂਟ ਮਿਲੀ ਹੈ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਗਣੀ ਧੁੰਦ ਪੈਣਾ ਚਾਰੀ ਹੈ ਸੰਗਣੀ ਧੁੰਦ ਦੀ ਸਥਿਤੀ ਕਾਰਨ ਸੜਕੀ ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ ਇਸਰਾਨ ਮੌਸਮ ਵਿਭਾਗ ਨੇ ਪਲਕੀ ਤੱਕ ਲਈ ਸੰਗਣੀ ਧੁੰਦ ਪੈਣ ਦੀ ਪੇਸ਼ੀਨਗੋਈ ਕਰਦਿਆ ਚੇਤਾਵਨੀ ਜਾਰੀ ਕੀਤੀ ਹੈ चक्रवात विचاؤng आज सवेरे तड़के 2:30 बजे चेन्नई ਤੋਂ ਲਗਭਗ 150 ਕਿਲੋਮੀਟਰ ਪੂਰਬ ਦੱਖਣਪੁਰਾ ਵਿੱਚ ਬੰਗਾਲ ਦੀ ਖਾਣੀ ਦੇ ਦੱਖਣ ਪੱਛਮ ਉੱਤੇ ਕੇਂਦਰਿਤ ਸੀ ਇਸ ਦੇ ਉੱਤਰ ਉੱਤਰ ਪੱਛਮ ਵੱਲ ਵਧਣਾ ਜਾਰੀ ਰਹਿਣ ਅਤੇ ਤੇਜ਼ ਹੋ ਕੇ ਦੱਖਣੀ ਆਂਧਰਾ ਪ੍ਰਦੇਸ਼ ਦੀ ਪੱਛਮੀ ਕੇਂਦਰੀ ਬੰਗਾਲ ਦੀ ਖਾੜੀ ਤੇ ਨਾਲ ਲੱਗਦੇ ਉੱਤਰੀ ਤਮਿਲਨਾਡੂ ਸਾਹਲਾ ਤੱਕ ਅੱਜ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਹੈ 25ਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੇ ਬੀਤੀ ਰਾਤ ਬੈਂਗਲੁਰੂ ਵਿੱਚ ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾ ਕੇ 4 ਇਕਤੇ ਵੱਡੇ ਫਰਕ ਨਾਲ ਲੜੀ ਜਿੱਤ ਲਈਏ ਅਕਜ਼ਰ ਨੂੰ ਬੱਲੇ ਤੇ ਗੇਂਦ ਦੋਵਾਂ ਤੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਬੀਜੇਪੀ ਨੇ ਮੱਧ ਪ੍ਰਦੇਸ਼ ਛਤੀਸਗੜ੍ਹ ਤੇ ਰਾਜਸਥਾਨ ਚ ਵਿਧਾਨ ਸਭਾ ਚੋਣਾਂ ਚ ਸ਼ਾਨਦਾਰ ਜਿੱਤ ਹਾਸਲ ਕੀਤੀ ਏ ਕਾਂਗਰਸ ਨੇ ਤੇਲੰਗਾਨਾ ਚ ਬੀਆਰਐਸ ਨੂੰ ਸੱਤਾ ਤੋਂ ਬਾਹਰ ਕਰਦੇ ਆ ਬਹੁਮਤ ਹਾਸਲ ਕੀਤਾ ਹੈ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਏ ਸੰਸਦ ਦਾ ਸਰਦੀਆਂ ਦੀ ਰੁੱਤ ਦਾ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮੀ ਮਹਾਰਾਸ਼ਟਰ ਦੇ ਸਿੰਧੂ ਦੁਰਗ ਵਿਖੇ ਸਮੁੰਦਰੀ ਫੌਜ ਦਿਵਸ ਜਸ਼ਨਾ ਵਿਖੇ ਮੁੱਖ ਮਹਿਮਾਨ ਹੋਣਗੇ ਇਸੇ ਨਾਲ ਆਕਾਸ਼ਵਾਣੀ ਚਲੰਦਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ